ਲਓ ਜੀ ਸਾਡੇ ਕਿ ਨਹੀਂ ਹੋ ਗਈ ਵਾਢੀ ਸ਼ੁਰੂ। ਉੱਧਰ ਚੱਲਦੀ ਆ ਕਾਲੇ ਦੀ ਇੱਕ ਵੈਨ ਅਤੇ ਟਰਾਲੀ ਭਰ ਚੁੱਕੀ ਆ, ਇੱਦਾਂ ਨਹੀਂ ਗੱਲ ਬਣਨੀ। ਸ਼ੁਰੂ ਤਾਂ ਚੱਲਦੇ ਹਾਂ ਅਤੇ ਕਰਦੇ ਹਾਂ ਵੀਡੀਓ ਸ਼ੁਰੂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਵਾਢੀ ਸ਼ੁਰੂ ਹੋਣ ਲੱਗੀ ਆ ਅਤੇ ਮੱਥਾ ਟੇਕ ਕੇ ਫਿਰ ਵਾਢੀ ਸ਼ੁਰੂ ਕਰਾਂਗੇ। ਨਿੰਮਾ ਵੀ ਆਇਆ ਇੱਧਰ, ਹਸਵੀਰ ਖੜਾ ਉੱਧਰ, ਜਸ਼ਨ, ਲਵਪ੍ਰੀਤ, ਲਵਕਰਨ ਅਤੇ ਕਾਲਾ ਉੱਪਰ ਮਸ਼ੀਨ ਦੇ ਉੱਪਰ ਅਸੀਂ ਬੋਲਟ ਲੈ ਕੇ ਆਉਂਦੇ। ਜਾਣਾ ਤੁਸੀਂ ਨਾਲ ਮੋਟਰਸਾਈਕਲ ਪਰ? ਅੱਛਾ, ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ। 500-600 ਕਿੱਲਾ ਵੜਦੀ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਗਏ ਹਾਂ ਅਤੇ ਸੇਵਾ ਸਿੰਘ ਬਾਬਾ ਜੀ, ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ। ਹੋਰ ਬਾਬਾ ਜੀ ਕੀ ਹਾਲ ਨੇ? ਹੁਣ ਇੱਥੋਂ ਬਾਬਾ ਜੀ ਤੋਂ ਅਰਦਾਸਾਂ ਕਰਵਾ ਕੇ ਅਤੇ ਫਿਰ ਵਾਢੀ ਸ਼ੁਰੂ ਕਰਨੀ ਅੱਜ, ਠੀਕ ਹੈ ਬਾਬਾ ਜੀ? ਨਾ ਮਿਹਰ ਭਰਿਆ ਹੱਥ ਰੱਖਿਓ, ਨਾ ਕਿਤੇ ਖੜਤ ਨਾ ਪਵੇ ਬਸ। ਆ ਰਹੇ ਉੱਧਰ ਪਿੱਛੇ ਥੋੜ੍ਹਾ ਜਿਹਾ ਰਸਤਾ ਜਿੱਥੇ ਉਹ ਕਮੈਨ ਦੂਰ ਆ ਰਹੀ, ਇੱਥੋਂ ਉਹ ਸਾਈਡ ਆ ਰਹੀ ਆ ਅਤੇ ਥੋੜ੍ਹਾ ਜਿਹਾ ਰਸਤਾ ਗਿੱਲਾ ਥੋੜ੍ਹਾ ਜਿਹਾ, ਤਾਂ ਹੌਲੀ ਹੌਲੀ ਆ ਰਹੇ ਸੀ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ। ਅਤੇ ਕਿੱਡਾ ਬੜਾ ਥਾਪੜਾ ਦਿੱਤਾ ਬਾਬਾ ਜੀ ਨੇ। ਉਹ ਉੱਧਰ ਕਬੈਨ ਆ ਗਈ ਆ, ਉਹ ਆ ਗਈ ਉੱਧਰ। ਲਓ ਜੀ, ਬਾਬਾ ਜੀ ਦੇ ਅਰਦਾਸਾਂ ਕਰਵਾ ਲਈਆਂ ਅਤੇ ਇਹਦਾ ਜਿਹੜਾ ਪਿਛਲਾ ਕਟਰ ਉਹ ਪਿੱਛੇ ਖੋਲਿਆ ਸੀ ਅਤੇ ਹੁਣ ਉੱਥੋਂ ਪਾ ਕੇ ਸਿੱਧਾ ਜਿੱਥੇ ਖੇਤ ਪੱਕੇ ਹੋਏ ਆ ਉੱਥੇ ਲੈ ਕੇ ਜਾਣਾ। ਲਓ ਜੀ, ਹੁਣ ਕਾਲਾ ਵੀ ਡਰਾਈਵਰ ਬਣ ਗਿਆ, ਪੂਰੀ ਮਸ਼ੀਨ ਮੋੜੀ ਇੱਧਰ ਉੱਧਰ ਨੂੰ ਕਰਕੇ ਉਹਨੇ, ਠੀਕ ਆ ਬਾਬਾ ਜੀ? ਫਿਰ ਲਾਈਏ ਵਾਢੇ ਜਾ ਕੇ, ਫਿਰ ਹੁਣ ਨਵੇਂ ਚੱਲੀਏ। ਫਿਰ ਪਿੰਡ ਭਾਵਾਲ ਪਹੁੰਚ ਗਿਆ ਅਤੇ ਰੱਜੀ ਸਰਪੰਚ ਉੱਧਰ ਆ ਗਿਆ ਬਾਈ, ਅਤੇ ਰੱਜੀ ਸਰਪੰਚ ਦੇ ਕਬੈਨ ਲੱਗਣ ਲੱਗੀ ਆ, ਕਾਲੇ ਦੀ ਵੇਟ ਹੋ ਰਹੀ ਆ। ਹੋਲੀ ਸਰਪੰਚ ਸਾਹਿਬ ਕਿਆ ਹਾਲ ਹੈ? ਹੋਰ ਠੀਕ ਠਾਕ ਹਨ ਬਾਈ? ਹੋਰ ਬਾਈ ਕੀ ਹਾਲ ਚਾਲ? ਇੱਥੇ ਨੂੰ ਇੱਥੇ ਲੱਗੋ ਕਟਰ, ਇੱਥੇ ਫਿਰ ਬਸ ਠੀਕ ਠੀਕ ਹੈ। ਇਹ ਸੀ ਰਾਜੀ ਸਰਪੰਚ ਪਿੰਡ ਭਾਵਾਲ ਤੋਂ ਅਤੇ ਬਾਅਦ 'ਚ ਤੁਹਾਨੂੰ ਹੋਰ ਚੀਜ਼ ਵੀ ਦਿਖਾਉਂਦੇ ਰਾਜੀ ਬਾਈ ਦੇ ਸ਼ੈੱਡ ਪਾਇਆ, ਬੜਾ ਤਕੜਾ ਪਾਇਆ ਹੋਇਆ। ਅਤੇ ਜਿੱਥੇ ਹੁਣ ਅਸੀਂ ਬਾਬਿਆਂ ਕੋਲ ਜਾ ਕੇ ਆਏ ਨਾ ਅਤੇ ਨਿੰਮਾ ਬਾਬਿਆਂ ਕੋਲ ਬੈਠਾ, ਮੈਂ ਕਿਹਾ ਬਾਬਾ ਜੀ, ਮੈਂ ਕਿਹਾ ਨਿੰਮੇ ਨੂੰ ਨਾ ਪੱਟ ਲਿਓ। ਨਿੰਮਾ ਪਤਾ ਅੱਗੋਂ ਕਿਆ ਬੋਲਿਆ? ਨਿੰਮੇ ਆਵੇ ਦੱਸ ਦੇ ਵੀ ਪੱਟੇ ਹੋਏ ਨੂੰ ਕਿਆ ਪੱਟਣਾ ਬਾਈ, ਹੁਣ ਅਸੀਂ ਤਾਂ ਪੱਟੇ ਹੋਏ ਹੀ ਹੈ, ਬਾਹਰ ਘੁੰਮਦੇ ਆ। ਮੈਂ ਕਿਹਾ ਬਾਬਾ ਜੀ ਨਿੰਮੇ ਨੂੰ ਨਾ ਪੱਟ ਲਿਓ, ਕਿਤੇ ਸਾਡੇ ਕੋਲ ਤਾਂ ਕਿਤੇ ਥੋੜ੍ਹੀ ਕੁਟੀਆ ਜੇ ਡੇਰੇ 'ਚ ਰਹਿਣ ਲੱਗ ਜਾਵੇ। ਨਹੀਂ ਨਹੀਂ ਡੇਰੇ ਡੂਰੇ ਵਾਲਾ ਕੰਮ ਨਹੀਂ ਆਪਣਾ।
ਨਿੰਮਾ ਕਹਿੰਦਾ ਆਪਾਂ ਇੱਕ ਜਗ੍ਹਾ ਖੜਨੇ ਵਾਲੇ ਨਹੀਂ ਹੈਗੇ। ਚੱਕੇ ਵੀ ਉੱਚਾ ਬਥੇਰਾ ਪਾਇਆ ਮੈਂ ਕਹਿੰਦਾ 20 ਫੁੱਟ ਹੋਣਾ ਬਾਈ ਪਨੂੰ ਹੈ ਇੱਕ ਐਦਾਂ ਵੀ ਰੇ ਜੇ ਚਲੋ ਹੁਣ ਤਾਂ ਆਪਣੇ ਕੋ ਲੇਬਰ ਵੀ ਲਾਈ ਜਾਂਦੀ ਹੈ ਨਾਲ ਇਹ ਪੰਜਾਬ ਦੇ ਲੇਬਰਾਂ ਘਟ ਜਾਣੀਆਂ ਤੇ ਕਿਸੇ ਟਾਈਮ ਮਸ਼ੀਨ ਲੈਣੀ ਪੈਣੀ ਹੈ। ਅੱਛਾ ਕਵੈਨ ਹੈ ਲੱਗਿਆ ਲਗਾ ਹੀ ਅੰਦਰ ਖੜ ਜੂ ਅੰਦਰ ਲੱਗਿਆ ਲਗਾ ਇਹ ਵੀ ਸਹੀ ਹੈ ਗੇਟ ਤੋਂ 20 ਫੁੱਟ ਦਾ ਗੇਟ ਚੌੜਾ 17 ਫੁੱਟ ਦਾ ਇਹ ਹੈ ਹੂੰ 17 ਫੁੱਟ ਉੱਪਰ ਨੂੰ ਛੋਟੇ ਕੰਮ ਨੂੰ ਤਰੱਕੀ ਪਰ ਲੱਗਿਆ ਪੜ੍ਹੇ ਲਿਖੇ ਹੋ ਰਹੇ ਬੰਦੇ ਹੁਣ ਛੋਟੇ ਕੰਮ ਨੂੰ ਘੱਟ ਹੱਥ ਪਾਉਂਦੇ ਆ ਲੇਬਰਾਂ ਦਾ ਸਿਸਟਮ ਐਵੇਂ ਹੋ ਗਿਆ ਨਾ ਹੁਣ ਲੇਬਰਾਂ ਮਤਲਬ ਕਿ ਯਾਰ ਮਸ਼ੀਨਰੀ ਕੰਮ ਮਸ਼ੀਨੀ ਆਈ ਜ਼ਿਆਦਾ ਕੰਮ ਹੋ ਗਿਆ ਉਹ ਸਸਤਾ ਵੀ ਪੈਂਦਾ ਹਾਂ ਉਹ ਸਸਤਾ ਹੀ ਪੈਂਦਾ ਹੁਣ ਆਪਾਂ ਨੇ ਅੱਜ ਬਈਏ ਲਾਏ ਹੋਏ ਆ 6500 ਰੁਪਏ ਨੂੰ ਕਰੇ ਆ ਬੰਦੇ ਬੰਦੇ 6500 ਰੁਪਏ ਦੇ ਦਿੱਤੇ ਬੜਾਈ ਠੀਕ ਮਸ਼ੀਨ ਨੇ ਵੱਢ ਜਾਣਾ 1500 ਵੱਢ ਜਾਣਾ ਨਾਲੇ ਦਾਣੇ ਜਦੇ ਪਾ ਦੇਣੇ ਉਹਨਾਂ ਨੇ ਮੀਂਹ ਪੈ ਗਿਆ ਪਟੇ ਰੋਕਾ ਉਦੋਂ ਆਲੂ ਲਾਉਣ ਕਰਕੇ ਬਈ ਬਣਾਉਣੀ ਪੈਣੀ ਆ ਹਾਂ ਜੀ ਹਾਂ ਕੋਈ ਪ੍ਰਾਣੀ ਦਾ ਕੋਈ ਹੱਲ ਨਹੀਂ ਹੈਗਾ ਅੱਗ ਆਪਾਂ ਨੇ ਲਾਉਣੀ ਨਹੀਂ ਅੱਗ ਨਹੀਂ ਲਾਉਂਦੇ ਹੈਗੇ ਬਾਈ ਚਲੋ ਚੰਗੀ ਗੱਲ ਆ ਬਾਈ ਮੈਂ ਹੁਣ ਤਾਂ ਸੀਜ਼ਨ ਸ਼ੁਰੂ ਹੋਇਆ ਵੀਰੇ ਕਿਸਾਨ ਭਰਾ ਨੂੰ ਇਹੀ ਬੇਨਤੀ ਕਰੂੰਗਾ ਵੀ ਜੋ ਵੀ ਵੱਢ ਨੂੰ ਅੱਗ ਨਾ ਲਾਵੇ ਲਾਉਣੀ ਨਹੀਂ ਚਾਹੀਦੀ ਕਿ ਬਹੁਤ ਵਾਰਾਂ ਵਾਤਾਵਰਨ ਦੂਸ਼ਿਤ ਹੁੰਦਾ ਇਹਦੇ ਨਾਲ 100 ਤਰ੍ਹਾਂ ਦੀਆਂ ਬਿਮਾਰੀਆਂ ਕੋਸ਼ਿਸ਼ ਕਰੋ ਵੀ ਉਹਨੂੰ ਪਾਣੀ ਚਲੋ ਹੁਣ ਤਾਂ ਨਵੀਂ ਨਵੀਂ ਤਕਨੀਕਾਂ ਰੂਟਾਵੀਟਰ ਜਿਹੜੇ ਆਏ ਹੋਏ ਆ ਉਹਦਾ ਹੀ ਰੇਹ ਬਣਾ ਲਓ ਖੇਤ ਦੇ ਵਿੱਚ ਬਹੁਤ ਆ ਬਹੁਤ ਆ ਬਹੁਤ ਆ
ਕਿੱਥੇ ਮੈਂ ਡਰਾਈਵਰ ਬਣਾਤਾ ਮਸ਼ੀਨ ਵਧੀਆ ਚੱਲ ਰਹੀ ਆ ਇੱਕ ਨੰਬਰ ਆ ਹਾਂ ਰਾਜੀ ਬਾਈ ਖੁਸ਼ ਖੁਸ਼ ਆ ਬਾਈ ਯਾਰ ਕੋਈ ਦਾਣਾ ਦੂਣਾ ਤਾਂ ਨਹੀਂ ਭੰਨਿਆ ਬਸ ਵੀ ਠੀਕ ਹੈ ਹਾਂ ਮੁੰਡਿਓ ਖੁਸ਼ ਠੀਕ ਆ ਅੱਛਾ ਫੋਟੋ ਖਿਚਾਉਣ ਲੱਗਿਆ ਲਓ ਜੀ ਹੁਣ ਤੱਕ ਅਸੀਂ 5 ਕਿੱਲੇ ਵੱਢ ਚੁੱਕੇ ਹਾਂ ਅਤੇ ਕਾਲਾ ਬੜਾ ਖੁਸ਼ ਕੰਮ ਪੂਰਾ 8 ਵਾਰ ਚੱਲ ਰਿਹਾ ਕੰਮ ਵਧੀਆ ਚੱਲ ਰਿਹਾ ਕਮੈਨ ਪੂਰੀ ਐਨ ਫਟ ਆ ਆਪਾਂ ਨੇ ਤਾਂ ਹੀ ਹੁਣ ਰਿਪੇਅਰ ਤੋਂ ਵੀ ਪੂਰਾ ਕੱਟ ਕੇ ਰਹੋ ਲਾ ਜੋਰ ਲਾਇਆ ਰਿਪੇਅਰ ਐਨ ਪੂਰੀ ਇੱਕ ਨੰਬਰ ਕਰਵਾਈ ਆ ਵੀ ਵਿੱਚ ਖੜਤ ਨਾ ਪਵੇ ਕਹਿੰਦੇ ਮੰਨਦੇ ਆ ਵੀ ਹਾਂ ਕੋਈ ਦਾਣਾ ਨਹੀਂ ਦਾਣਾ ਵਿੱਚ ਜਮਾ ਨਹੀਂ ਸਫਾਈ ਦੇਖ ਲੈ ਦਾਣੇ ਦੀ ਸਫਾਈ ਬਹੁਤ ਆ ਦਾਣਾ ਵਿੱਚ ਉਹ ਵੀ ਨਹੀਂ ਹੈਗੀ ਕਹਿੰਦੇ ਟੁੱਟ ਤੋੜਦੀ ਨਹੀਂ ਟੁੱਟ ਤੋੜਦੀ ਵੀ ਨਹੀਂ ਹੈਗੀ ਕਹਿੰਦਾ ਨੇ ਮੈਂ ਬਹੁਤ ਵਧੀਆ ਸਾਫ ਕੱਢਦੀ ਐਨ ਸਾਫ ਕੱਢਦੀ ਆ ਦਾਣਾ ਛੱਡਦੀ ਬਾਅਦ ਚ ਅਕਬਾਲ ਨੂੰ ਮਿਲਾਉਂਦੇ ਆ ਚੱਲ ਠੀਕ ਹੈ ਲਓ ਜੀ ਹੁਣ ਅਸੀਂ ਆਪਣੇ ਘਰ ਆ ਗਏ ਆ ਤੇ ਕਾਲਾ ਪੂਰੇ ਜੋਰਾਂ ਠੋਰਾਂ ਨਾਲ ਚੱਲ ਪਿਆ ਕਿਰਪਾਨ ਚਲਾ ਰਿਹਾ ਤੇ ਹੁਣ ਸਾਨੂੰ ਫੋਨ ਸੈਲਟ ਨਹੀਂ ਲਾਉਣੇ ਪੈਣੇ ਫੋਨ 24 ਘੰਟੇ ਔਨ ਰੱਖਣੇ ਪੈਣੇ ਆ ਕਿਸੇ ਵੀ ਟਾਈਮ ਫੋਨ ਆ ਸਕਦਾ ਕਾਲਾ ਮੈਨੂੰ ਆਹ ਚੀਜ਼ ਚਾਹੀਦੀ ਮੈਨੂੰ ਆਹ ਚੀਜ਼ ਚਾਹੀਦੀ ਚਾਹੀਦਾ ਹੈ ਬਾਈ ਚਲੋ ਜਦੋਂ ਕਹਿੰਦੇ ਕੋਈ ਕੰਮ ਸ਼ੁਰੂ ਹੁੰਦਾ ਨਾ ਇੱਕ ਰਫਤਾਰ ਫੜਨੀ ਹੁੰਦੀ ਕੰਮ ਨੇ ਉਹ ਅਸੀਂ ਹੁਣ ਨਾਲ ਹੋ ਕੇ ਤੇ ਸਾਰੀ ਰਫਤਾਰ ਫੜਾਏ ਢਿੱਲ ਮਿਸਤੇ ਨਾਲ ਹੋ ਕੇ ਕਰਵਾ ਤੇ ਸਾਰਾ ਠੀਕ ਹੈ ਤੇ ਕਹਿੰਦੇ ਹਾਂ ਜਦੋਂ ਪਾਣੀ ਆਉਂਦਾ ਕਹਿੰਦੇ ਪਾਣੀ ਨੂੰ ਰਾਹ ਤਾਂ ਬਣਾਉਣਾ ਹੁੰਦਾ ਮਾੜਾ ਮੋਟਾ ਉਹ ਹੁਣ ਉਹਨੇ ਰਾਹ ਜਿਹਾ ਬਣ ਗਿਆ ਇਹਦਾ ਹੁਣ ਇਹਦਾ ਕੰਮ ਚੱਲੀ ਜਾਣਾ ਬਸ ਆਪੇ ਨਿਕਲ ਜਾਣਾ ਹੁਣ ਆਹੀ ਆ ਕਾਲੇ ਕੋਲ 25-30 ਦਿਨ ਬਸ ਹਾਂ ਬਸ 25-30 ਦਿਨ ਆ ਫਿਰ ਤੋਂ ਬਾਅਦ ਮਸ਼ੀਨ ਬਿਲੀ ਖੜਨੀ ਹੈ ਬਸ ਨੱਠ ਭਾ ਜਿਹੜੇ 4 ਪੈਸੇ ਬਣਾ ਲੂਗਾ ਬਣਾ ਲੂਗਾ ਬਣਾ ਲਾਉਣੇ ਬਾਈ ਅਸੀਂ ਪੈਸੇ ਅਸੀਂ ਲਾ ਕੇ ਆਉਣੇ ਆ ਆਪਾਂ ਨੇ ਲਾ ਕੇ ਆਉਣੇ ਆ ਉਹਨੇ ਬਣਾਉਣੇ ਆ ਉਹਨੇ ਬਣਾਉਣੇ ਆ ਅਸੀਂ ਲਟਾਉਣੇ ਆ ਉਹਨੇ ਬਣਾਉਣੇ ਆ ਅਸੀਂ ਚੱਲੇ ਬਾਹਰਲੇ ਮੁਲਕ ਘੁੰਮਣ ਆਉਣ ਵਾਲੇ ਦਿਨਾਂ 'ਚ ਅਪਡੇਟ ਕਰਾਂਗੇ ਅਸੀਂ ਬਾਈ ਅਸੀਂ ਤਾਂ ਐਸ਼ਕਾਂ ਚੱਲੇ ਆ ਹਾਂ ਅਸੀਂ ਐਸ਼ਕਾਂ ਚੱਲੇ ਆ ਉਹਦੀ ਆਸ਼ਾ ਦੇਖੀ ਉਹਦੀ ਜਾਇਆ ਜੋੜੀ ਆ ਹਾਂ ਚਲੋ ਕੋਈ ਨਾ ਉਹ ਤੋਂ ਬਾਅਦ ਜਦ ਜੀਰੀ ਦਾ ਕੰਮ ਆਹ ਵਾਢੀ ਹਾਂ ਨਿਬੜ ਲੂਗਾ ਨਾ ਫਿਰ ਚੱਲਦੇ ਕਦੇ ਕਾਲੇ ਨਾਲ ਵੀ ਕਦੇ ਘੁੰਮ ਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ